ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲਪਲਾਈਨ ਮੀਡੀਆ ਤੋਂ ਸਤਿਕਾਰਯੋਗ ਰਵਿੰਦਰ ਭਾਜੀ, ਜਿਹੜੇ ਕਿ ਸਤਿਕਾਰਯੋਗ ਸਾਡੇ ਪਦਮ ਸ਼੍ਰੀ ਜਿਹੜੇ ਕਿ ਸੇਵਾ ਸਿਮਰਨ ਦਾ ਰਸਤਾ ਫੜਦਾ, ਇਹ ਹੈ ਭਾਣਾ ਉੱਚਾ ਦਰ ਬਾਬੇ ਨਾਨਕ ਦਾ। ਪਰਉਪਕਾਰੀ ਸਤਿਕਾਰਯੋਗ ਬਹੁਤ ਵਧੀਆ, ਸਾਨੂੰ ਸਤਿਕਾਰਯੋਗ ਸਰਦਾਰ ਬਾਬਾ ਜੀ ਬਲਵੀਰ ਸਿੰਘ ਸੀਚੇਵਾਲੀਆ ਸਾਹਿਬ, ਜਿਹੜੇ ਪੂਰੇ ਪੰਜਾਬ ਨੂੰ ਹਰਿਆ ਭਰਿਆ ਦੇਖਣਾ ਚਾਹੁੰਦੇ ਨੇ, ਪਾਣੀਆਂ ਦੀ ਸੰਭਾਲ ਵਾਸਤੇ, ਧੀਆਂ ਧਿਆਣੀਆਂ ਦੀ ਸੰਭਾਲ ਵਾਸਤੇ। ਅਤੇ ਮੈਂ ਬੇਨਤੀ ਕਰਦਾ ਕਿ ਦਾਸ ਦਲਵਿੰਦਰ ਦਿਆਲਪੁਰੀ ਅਤੇ ਬੇਨਤੀ ਇਹਨਾਂ ਦੇ ਚਰਨਾਂ ਵਿੱਚ ਕਰਦਾ ਸਰਦਾਰ ਬਲਵੀਰ ਸਿੰਘ ਸੀਚੇਵਾਲੀਆ ਸਾਹਿਬ ਸੰਤ ਮਹਾਂਪੁਰਸ਼ ਕਿ ਉਹ ਅੱਜ ਇੱਥੇ ਜੰਗੇ ਸ਼ਹੀਦ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਜਿਹੜੇ ਫੁੱਲਾਂ ਦੀ ਬਿਲਕੁਲ ਉਜਾੜ ਬੀਆਬਾਨ ਸੀਗਾ ਸਥਾਨ, ਔਰ ਇਹਨੂੰ ਮਿੱਟੀ ਸੁੱਟ ਕੇ ਔਰ ਇੱਥੇ ਫਿਰ ਕੁਦਰਤ ਦੀ ਗੋਦ ਦਾ ਅਸੀਂ ਸਾਰੇ, ਮੈਂ ਖੁਦ ਕਰਤਾਰਪੁਰ ਤੋਂ ਹਾਂ, ਮੇਰੇ ਸਾਰੇ ਹੀ ਸਹਿਪਾਠੀਆਂ ਨੇ ਸਾਰਿਆਂ ਨੇ ਕੁਦਰਤ ਦੀ ਗੋਦ ਦਾ ਨਿੱਘ ਮਾਨਣਾ, ਯਾਨੀ ਕਿ ਫੁੱਲਾਂ ਦੇ ਰਾਹੀਂ। ਮੈਂ ਬੇਨਤੀ ਕਰਦਾ ਸਰਦਾਰ ਬਲਵੀਰ ਸਿੰਘ ਸੀਚੇਵਾਲੇ ਸਾਹਿਬ ਸਤਿ ਸ੍ਰੀ ਅਕਾਲ। ਗੁਰੂਕਾਰੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੰਗੇ ਆਜ਼ਾਦੀ ਦੇ ਜੋ ਯਾਦਗਾਰ ਬਣੀ ਇਹਦੇ ਸਾਹਮਣੇ ਜਿਹੜਾ ਹੈ ਹਾਈਵੇ ਲੰਘਦਾ ਕਰਤਾਰਪੁਰ ਤੋਂ, ਇਹ ਜਗ੍ਹਾ ਕਾਫੀ ਜਿਹੜੀ ਸੀਗੀ ਹਾਈਵੇ ਵਾਲਿਆਂ ਨੇ ਪੁੱਟ ਕੇ ਉੱਥੇ ਜਿਹੜਾ ਕਚਰਾ ਵਗੈਰਾ ਸੁੱਟਿਆ ਸੀ, ਅਤੇ ਬਹੁਤ ਉੱਚਾ ਨੀਵਾ ਸੀ। ਤਕਰੀਬਨ 4-5 ਦਿਨ ਹੋ ਗਏ ਲੱਗੇ ਹੋਏ, ਇਹਨੂੰ ਬਦਲਾ ਕਰਕੇ ਇਹਦੇ ਪਲਾਂਟੇਸ਼ਨ ਹੋ ਜੂਗੀ। ਇੱਕ ਤਾਂ ਜਿਹੜੀ ਹੈ ਅੰਦਰ ਜਿਹੜੇ ਯਾਤਰੀ ਜਾਣ ਵਾਲੇ ਆ, ਜਿਹੜੇ ਦਰਸ਼ਕ ਆ, ਉਹਨਾਂ ਵਾਸਤੇ ਜਿਹੜਾ ਹੈਗਾ ਹਵਾ ਸ਼ੁੱਧ ਮਿਲੂਗੀ, ਦੂਸਰੀ ਸਾਊਂਡ ਜਿਹੜੀ ਹੈ ਸੜਕ ਦੀ ਉਹ ਵੀ ਘਟੂਗੀ। ਅਤੇ ਇਹਦੇ ਵਾਸਤੇ ਜਿਹੜੇ ਹੈਗੇ ਆ ਡੀ ਸੀ ਜਲੰਧਰ, ਉਹਨਾਂ ਦੇ ਸਹਿਯੋਗ ਦੇ ਨਾਲ ਵੀ ਜਿਹੜਾ ਹੈ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਆਪਾਂ ਇਹਨੂੰ ਸਵਾਰਨਾ, ਉਹਦੇ ਵਾਸਤੇ ਯਤਨ ਕਰ ਰਹੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਮਿਹਨਤ ਕਰਨ, ਇਸ ਵਧੀਆ ਪਲਾਂਟੇਸ਼ਨ ਹੋ ਜਾਏ, ਜੋ ਸਾਰਿਆਂ ਨੂੰ ਆਕਸੀਜਨ ਵੀ ਦੇਵੇ, ਸਾਹ ਵੀ ਦੇਵੇ, ਫੁੱਲ ਵੀ ਦੇਣ, ਫਲ ਵੀ ਦੇਣ, ਅਤੇ ਆਪਾਂ ਸਾਰੇ ਉਹਦਾ ਆਨੰਦ ਮਾਣੀਏ।